कृष्ण चंद्र की जय, उमापति महादेव की, पवन सुत महावीर की जय, के बोलो सब संत की जय। सीता राम सीता राम सीता राम सीता राम सीता राम सीता सीता राम राधेश्याम 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 गौरी शंकर सीता राम गौरी शंकर सीता राम गौरी शंकर सीता राम गौरी शंकर सीता राम मेरे मन बहजो ठाकुर लाल गौरी शंकर सीता राम मेरे मन बहजो ठाकुर लाल गौरी शंकर सीता राम सीता राम राधे श्याम राधे श्याम सीता राम राधे श्याम राधे श्याम मेरे मन बाजो महावीर प्यारे गौरी शंकर सीता राम मेरे मन बाजो प्यारे प्यारे गौरी शंकर सीता राम 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 सीता राधे श्याम 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 मेरे मन बहजो गुरु महाराज गौरी शंकर सीता राम मेरे मन बहजो गुरु महाराज गौरी शंकर सीता राम मेरे मन बहजो गुरु महाराज गौरी शंकर सीता राम मेरे मन बहजो आज गौरी शंकर सीता राम सीता राम राधे श्याम राधे श्याम सीता राम सीता राम राधे श्याम राधे श्याम मेरे मन बहजो सिया राम प्यारे गौरी शंकर सीता राम मेरे मन बहजो सिया राम प्यारे गौरी शंकर सीता राम मेरे मन बहजो सिया राम प्यारे गौरी शंकर सीता राम मेरे मन बहजो सिया राम प्यारे गौरी शंकर सीता राम सीता राम सीता राम सीता राम सीता राम राधे श्याम 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 बोलो सियावर रामचंद्र महाराज की जय। सुने सीता दुख प्रभु सुख आय न रामा जय सिया भरे आए जल राज बनै न रामा जय सिया रामा बचन काए मन मम गति जाही रामा सपन हो बूज बेपति कहता ही रामा जय सिया रामा जय हनुमंत बेपति प्रभु सोई रामा जय सिया रामा यब तब सिमर भजन ना होई रामा जय सिया रामा
ਕੇਤ ਕਬਾਤ ਪ੍ਰਭ ਜਾ ਤੂ ਦਾਨ ਕੀ ਰਾਮ ਜੈ ਸਿਆ ਰਾਮ ਰਿਪ ਹਜੀਤ ਅਨਵਿਹਿ ਜਾਨ ਕੀ ਰਾਮ ਜੈ ਸਿਆ ਰਾਮ ਸੁਨੋ ਕਪੀ ਤੋਹੇ ਸਮਾਨ ਉਪਕਾਰੀ ਰਾਮ ਜੈ ਸਿਆ ਰਾਮ ਨਹੀ ਕਹੁ ਸੁਰ ਨਰ ਮੁਨਿ ਤਨੁਧਾਰੀ ਰਾਮ ਜੈ ਸਿਆ ਰਾਮ ਪ੍ਰਤਿ ਉਪਕਾਰ ਕਰੂੰ ਕੈ ਤੁਰ ਰਾਮ ਜੈ ਸਿਆ ਸੰਦ ਮੁਖ ਹੋਇ ਨ ਸਕ ਮਨ ਮੋਰਾ ਰਾਮ ਜੈ ਸਿਆ ਰਾਮ ਸੁਨੋ ਸੁਤ ਤੋਹਿ ਉਰਨ ਮੈਂ ਨਾਹੀ ਰਾਮ ਜੈ ਸਿਆ ਰਾਮ ਦੇਖੂ ਕਰੀ ਵਿਚਾਰ ਮਨ ਮਾਹੀ ਰਾਮ ਜੈ ਸਿਆ ਰਾਮ ਪੁਨੇ ਪੁਨੇ ਕਪੇ ਹੈ ਚੇਤ ਬੈ ਸੁਰ ਤ੍ਰਾਤ ਰਾਮ ਜੈ ਸਿਆ ਰਾਮ ਲੋਚਨ ਨੀਰ ਪੁਲਕ ਅਤਿ ਗਾਤ ਰਾਮ ਜੈ ਸਿਆ ਰਾਮ ਸੁਨੇ ਪ੍ਰਭੂ ਬਚਨ ਬਿਲੋਕ ਮੁਖ ਗਾਤ ਹਰਸ਼ ਹਨੁਮੰਤ ਚਰਨ ਚਰਨ ਪਰਉ ਪ੍ਰੇਮਾ ਕੁਲ ਤ੍ਰਾਹੇ ਤ੍ਰਾਹੇ ਭਗਵੰਤ ਸਿਆਪਤੀ ਰਾਮ ਚੰਦਰ ਕੀ ਸਿਆਪਤੀ ਰਾਮ ਚੰਦਰ ਕੀ ਜੈ। ਦੇਖੋ ਮਹਾਰਾਜ ਦੀ ਜਿਹੜੀ ਕਥਾ ਹੈ ਸਾਨੂੰ ਇਹ ਦੱਸਦੀ ਹੈ ਚੰਗਿਆ ਰਸਤਾ ਪਾਉਣ ਵਾਸਤੇ ਆ। ਜਿਹੜਾ ਮਹਾਰਾਜ ਦੀ ਗੱਲ ਮੰਨੀ ਹੈ ਮਹਾਰਾਜ ਪਾਸੇ ਲੱਗੇ ਵੀ ਹੈ। ਹਨੂੰਮਾਨ ਜੀ ਨੇ ਲੰਕਾ ਵਿੱਚ ਜਾ ਕੇ ਲੰਕਾ ਜਲਾਈ, ਕਹਿੰਦਾ ਛੋਟੇ ਜਿਹੇ ਹਨੂੰਮਾਨ ਨੇ ਲੰਕਾ ਦੀ ਸਵਾਹ ਕੀਤੀ। ਮਹਾਰਾਜ ਨੇ ਹਨੂੰਮਾਨ ਜੀ ਨੇ ਕਿਆ ਕੀਤਾ, ਲੰਕਾ ਜਲਾਤੀ। ਲੰਕਾ ਜਲਾ ਕੇ ਸੀਤਾ ਮਾਂ ਦੀ ਖਬਰ ਲੈ ਕੇ ਵਾਪਸ ਆਏ ਔਰ ਹਨੂੰਮਾਨ ਜੀ ਨੇ ਜਦ ਮਹਾਰਾਜ ਕੋਲ ਪਹੁੰਚੇ ਹੈ ਔਰ ਉਹ ਦੱਸਣ ਲੱਗੇ ਵੇ ਆ। ਹਨੂੰਮਾਨ ਜੀ ਕਿਆ ਦੱਸਦੇ ਨੇ ਕਿ ਮਹਾਰਾਜ ਵੇ ਚਰਿੱਤਰ ਸੁਣਨੇ ਪਰ ਕਿਰਪਾ ਨਿਧੀ ਸ਼੍ਰੀ ਰਾਮ ਚੰਦਰ ਜੀ ਕਿ ਮਨ ਕੋ ਬਹੁਤ ਹੀ ਅੱਛੇ ਲੱਗੇ ਚਰਿੱਤਰ ਸੁਣਾਏ। ਉਹਨੇ ਹਰਸ਼ ਹੋ ਕੇ ਹਨੂੰਮਾਨ ਜੀ ਨੂੰ ਫਿਰ ਆਪਣੇ ਹਿਰਦੇ ਨਾਲ ਲਗਾਇਆ। ਮਹਾਰਾਜ ਨੇ ਆਪਣੇ ਛਾਤੀਆਂ ਲਗਾ ਕੇ ਕਿਹਾ, ਕਹਿੰਦੇ ਹੇ ਤਾਤ ਇਹ ਦੱਸੋ ਕਿ ਸੀਤਾ ਕਿਸ ਪ੍ਰਕਾਰ ਰਹਿੰਦੀ ਹੈ ਉੱਥੇ ਲੰਕਾ ਦੇ ਵਿੱਚ, ਉਹ ਕਿਸ ਤਰ੍ਹਾਂ ਕਹਿੰਦੇ ਆਪਣੇ ਪ੍ਰਾਣਾਂ ਦੀ ਰੱਖਿਆ ਕਰਦੀ ਉੱਥੇ ਲੰਕਾ ਵਿੱਚ। ਨਾਮ ਪਹਾਰੂ ਦਿਵਸ ਨਿਸੀ ਧਿਆਨ ਤੁਮਾਰ ਕਪਾਟ, ਲੋਚਨ ਨਿਜ ਪਦ ਯੰਤ੍ਰਿਤ ਜਾਹੇ ਪ੍ਰਾਨ ਕਹਿ ਬਾਟ, ਸਿਆਪਤੀ ਰਾਮ ਚੰਦਰ ਕੀ ਜੈ ਸਿਆਪਤੀ ਰਾਮ ਚੰਦਰ ਕੀ। ਕਹਿੰਦੇ ਆਪ ਜਿਹੜਾ ਮਹਾਰਾਜ ਤੁਹਾਡਾ ਨਾਮ ਆ, ਜਿਹੜਾ ਨਾਮ ਜਿਹਨੂੰ ਅਸੀਂ ਨਾਮ ਜਪਦੇ ਆ ਸਿਮਰਨ ਕਰਦੇ ਆ। ਹਨੂੰਮਾਨ ਜੀ ਕਹਿੰਦੇ ਕਿ ਮਹਾਰਾਜ ਜਿਹੜਾ ਤੁਹਾਡਾ ਨਾਮ ਹੈ ਇਹ ਦਿਨ ਰਾਤ ਪਹਿਰਾ ਦਿੰਦਾ। ਅਸੀਂ ਪਹਿਰੇਦਾਰ ਰੱਖਦੇ, ਪਹਿਰੇ ਕਾਹਦੇ ਵਾਸਤੇ ਰੱਖਦੇ ਆ ਪਹਿਰਾ,
ਵੀ ਸਾਰੀ ਰਖਵਾਲੀ ਕਰਨ ਵਾਸਤੇ ਵੀ ਤੁਹਾਡਾ ਇਹ ਜਿਹੜਾ ਨਾਮ ਹੈ ਇਹ ਪਹਿਰਾ ਦੇ ਰਿਹਾ। ਆਪਕਾ ਧਿਆਨ ਹੀ ਕਵਾੜ ਹੈ, ਕਹਿੰਦੇ ਉਹ ਦਰਵਾਜ਼ਾ ਹੈ। ਆਂਖੋ ਕੋ ਆਪਣੇ ਚਰਨੋਂ ਮੇਂ ਲਗਾਈ ਰਹਿਤੀ ਹੈ, ਬਸ ਵੀ ਸੀਤਾ ਮਾਂ ਨੇ ਆਪਣੀ ਅੱਖਾਂ ਕਿੱਥੇ ਆਪਣੇ ਚਰਨਾਂ ਵਿੱਚ ਦੇਖੀ ਜਾਂਦੀ, ਬਸ ਬਸ ਇਹੀ ਤਾਲਾ ਲੱਗਾ ਹੋਊਗਾ। ਕਹਿੰਦੇ ਫਿਰ ਜਿਹੜੇ ਪ੍ਰਾਣ ਜਾਏ ਤੋ ਕਿਸ ਮਾਰਗ ਸੇ ਜਾਏ, ਚਲ ਤਮੋਹੇ ਝੂੜਾ ਮਨੀ ਦੀਨੀ ਰਘੂਪਤੀ ਹਿਰਦਿਆ ਲਾਈ ਸੋਈ ਲੀ ਨੀ। ਕਹਿੰਦੇ ਹਨੂੰਮਾਨ ਜੀ ਨੇ ਕਿਹਾ ਕਿ ਮਹਾਰਾਜ ਜਦੋਂ ਮੈਂ ਉੱਥੇ ਤੋਂ ਤੁਰਿਆ ਲੰਕਾ ਤੋਂ ਤਾਂ ਸੀਤਾ ਮਾਂ ਨੇ ਮੈਨੂੰ ਚੂੜਾਮਣੀ ਦਿੱਤੀ ਉਤਾਰ ਕੇ। ਸ਼੍ਰੀ ਰਾਮ ਚੰਦਰ ਮਹਾਰਾਜ ਨੇ ਕਿਹਾ ਵੀ ਉਹ ਮੈਨੂੰ ਵੀ ਦੇ, ਤਾਂ ਹਨੂੰਮਾਨ ਜੀ ਨੇ ਉਹ ਦਿੱਤੀ ਹੈ ਅਤੇ ਮਹਾਰਾਜ ਨੇ ਉਹ ਆਪਣੇ ਹਿਰਦੇ ਨਾਲ ਲਗਾ ਲਈ ਔਰ ਉਹਦੇ ਲਗਾਈ ਅਤੇ ਅੱਖਾਂ ਦੇ ਵਿੱਚ ਮਹਾਰਾਜ ਦੇ ਆਂਸੂ ਆਉਣ ਲੱਗ ਪਏ, ਪ੍ਰੇਮ ਦੇ ਆਂਸੂ। ਔਰ ਹਨੂੰਮਾਨ ਜੀ ਨੇ ਕਿਹਾ ਕਿ ਹੇ ਨਾਥ, ਇਹ ਮੇਰੇ ਮਹਾਰਾਜ ਜਾਨਕੀ ਨੇ ਕੁਛ ਮੈਨੂੰ ਬਚਨ ਕਿਹਾ ਹੈ, ਉਹ ਜਿਹੜੇ ਬਚਨ ਹੈ ਉਹ ਵੀ ਸੁਣ ਲਓ। ਕਿਆ ਕਿਹਾ? ਅਨੁਜ ਸਮੇਤ ਗਏ ਹੋ ਪ੍ਰਭੂ ਚਰਨਾ, ਦੀਨ ਬੰਧੂ ਪਰ ਤਾਰੇ ਤੇ ਹਰਨਾ। ਕਹਿੰਦੇ ਛੋਟੇ ਭਾਈ ਜਦ ਤੁਸੀਂ ਜਾਣਾ ਤਾਂ ਉਹਨਾਂ ਨੂੰ ਜਾ ਕੇ ਛੋਟੇ ਭਾਈ ਲਕਸ਼ਮਣ ਸਮੇਤ ਪ੍ਰਭੂ ਕੇ ਚਰਨ ਤੁਸੀਂ ਜਾ ਕੇ ਫੜ ਲਿਓ। ਔਰ ਕਹਿਣਾ, ਕਿਆ ਕਹਿਣਾ? ਕਿ ਆਪ ਦੀਨ ਬੰਧੂ ਹੈ, ਤੁਸੀਂ ਸਾਰੇ ਪਰ ਕਿਰਪਾ ਕਰਨ ਵਾਲੇ ਮਹਾਰਾਜ ਦੀਨ ਬੰਧੂ ਹੋ। ਜੋ ਤੁਹਾਡੀ ਸ਼ਰਨ ਵਿੱਚ ਆ ਗਿਆ ਤੁਸੀਂ ਉਹਦੇ ਦੁੱਖਾਂ ਨੂੰ ਖਤਮ ਕਰਦੇ ਆ। ਦੇਖੋ ਜਿਹੜੇ ਮਹਾਰਾਜ ਦੀ ਸ਼ਰਨ ਵਿੱਚ ਚਲ ਗਏ ਉਹਨੂੰ ਦੁੱਖ ਹੋ ਸਕਦੇ ਆ? ਜਦੋਂ ਮਹਾਰਾਜ ਦੀ ਸ਼ਰਨ ਛੱਡ ਕੇ ਅਸੀਂ ਹੋਰ ਪਾਸੇ ਭੱਜਦੇ ਫਿਰ ਦੁੱਖ ਵੀ ਸਾਡੇ ਨਾਲ ਫਿਰ ਭੱਜਦੇ, ਫਿਰ ਨਾਲੇ ਚਿੰਬੜ ਜਾਂਦੇ। ਫਿਰ ਉਹ ਵਾਰ ਵਾਰ ਗੁਰਬਾਣੀ ਕਹਿੰਦੀ ਹੈ ਕਿ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾ ਹੈ ਕੋਈ। ਕਹਿੰਦੇ ਸਾਰੇ ਸੁੱਖਾਂ ਦਾ ਖਜ਼ਾਨਾ ਜਿੰਨੇ ਵੀ ਸੁੱਖ ਹੈ ਮਹਾਰਾਜ ਕੋਲ ਤੋਂ ਮਿਲਣੇ, ਹੋਰ ਪਾਸੇ ਨਹੀਂ ਮਿਲਣੇ। ਦੂਸਰ ਨਾ ਹੈ, ਦੂਸਰਾ ਹੈ ਵੀ ਨਹੀਂ ਹੈ। ਜਿਹੜੇ ਮਹਾਰਾਜ ਦੇ ਚਰਨ ਵਿੱਚ ਸ਼ਰਨ ਵਿੱਚ ਚਲ ਗਏ ਉਹ ਦੁੱਖ ਉਹਦੇ ਨਾਸ਼ ਹੋਣੇ ਹੋਣੇ ਆ। ਜਿਸ ਤਰ੍ਹਾਂ ਸੂਰਜ ਦੇ ਅੱਗੇ ਹਨੇਰਾ ਨਹੀਂ ਜਾ ਸਕਦਾ, ਜਿੰਨਾ ਮਰਜ਼ੀ ਬੜਾ ਹਨੇਰਾ ਹੋਵੇ ਉਹ ਸੂਰਜ ਦੇ ਅੱਗੇ ਨਹੀਂ ਜਾ ਸਕਦਾ। ਸੂਰਜ ਦੇ ਚਾਨਣ ਦੇ ਵਿੱਚ ਉਹ ਹਨੇਰਾ ਖਤਮ ਹੋ ਜਾਂਦਾ, ਉਹਦਾ ਬਹਿਰ ਆਪਸ ਵਿੱਚ। ਇਸੇ ਤਰ੍ਹਾਂ ਮਹਾਰਾਜ ਦੇ ਅੱਗੇ ਜਾਂ ਅਸੀਂ ਪ੍ਰਗਟ ਹੁੰਦੇ ਹਾਂ, ਮਹਾਰਾਜ ਅਸੀਂ ਅੱਗੇ ਆਉਂਦੇ ਆ, ਨਾਮ ਜਪਦੇ ਆ, ਤਾਂ ਸਾਡੇ ਜੇ ਦੁੱਖ ਹੈ ਉਹ ਵੀ ਮਹਾਰਾਜ ਖਤਮ ਕਰ ਦਿੰਦੇ ਆ। ਮਨ ਕਰਮ ਬਚਨ ਚਰਨ ਅਨੁਰਾਗੀ, ਕਹੇ ਅਪਰਾਧ ਨਾਥ ਹੋ ਤਿਆਗੀ। ਔਰ ਮਨ ਬਚਨ ਔਰ ਕਰਮ ਸੇ ਆਪਕੇ ਚਰਨੋਂ ਕੀ ਅਨੁਰਾਗਣੀ ਹੂੰ। ਸੀਤਾ ਮਾਂ ਨੇ ਕਿਹਾ ਕਿ ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ ਦੀ ਅਨੁਰਾਗਣੀ, ਬਸ ਮੈਨੂੰ ਤੁਹਾਡੇ ਚਰਨ ਚਾਹੀਦੇ ਬਸ। ਫਿਰ ਸਵਾਮੀ ਕਹਿੰਦੇ ਆਪਨੇ ਕਿਸ ਅਪਰਾਧ ਕਰਕੇ ਮੈਨੂੰ ਤਿਆਗ ਦਿੱਤਾ ਹੈ? ਅਵਗੁਣ ਏਕ ਮੋਹਰ ਮਹਿਮਾਨ ਬਿਸ਼ਰਤ ਪ੍ਰਾਨ ਨਾ ਕੀ ਨੇ ਪਿਆ ਨਾ। ਕਹਿੰਦੀ ਮੇਰਾ ਇੱਕ ਦੋਸ਼ ਹੈਗਾ। ਉਹ ਕਿਆ ਦੋਸ਼ ਹੈ? ਕਿ ਮਹਾਰਾਜ ਤੁਹਾਡਾ ਮੈਨੂੰ ਵਿਯੋਗ ਮਿਲਿਆ ਪਰ ਮੇਰੇ ਜੇ ਪ੍ਰਾਣ ਹੈ
ਉਹ ਨਹੀਂ ਨਿਕਲੇ। ਕਿੰਤੂ ਹੇ ਨਾਥ ਜੈ ਤੋ ਕਹਿੰਦੇ ਨੇਤਰੋਂ ਕਾ ਅਪਰਾਧ ਹੈ, ਮੇਰਾ ਅਪਰਾਧ ਨਹੀਂ ਹੈ, ਮੇਰੀ ਅੱਖਾਂ ਦਾ ਅਪਰਾਧ ਹੈ। ਜੋ ਪ੍ਰਾਣੋ ਕੇ ਨਿਕਲਨੇ ਮੇਂ ਹਠ ਪੂਰਕ ਵਾਧਾ ਦੇਤੇ ਹੈ, ਮੇਰੀ ਅੱਖਾਂ ਹਰ ਟਾਈਮ ਤਾਂ ਮਹਾਰਾਜ ਥੋੜ੍ਹੀ ਚਰਨਾਂ 'ਚ ਲੱਗੀ ਰਹਿੰਦੀਆਂ। ਬਿਰਹਾ ਅਗਨੀ ਤਨੂ ਧੂਲ ਸਮੀਰਾ, ਕਹਿੰਦਾ ਬਿਰਹਾ ਬਿਰਹਾ ਜਿਹੜੀ ਸਾਡੀ ਇਹ ਅਗਨੀ ਹੈ, ਅੱਗ ਹੈ। ਸਰੀਰ ਕਿਆ ਹੈ? ਇੱਕ ਰੂਹੀ ਹੈ। ਔਰ ਸਵਾਸ ਸਾਡੀ ਜਿਹੜੇ ਸਾਹ ਲੈਂਦੇ ਅਸੀਂ, ਕਿਆ ਇਹ ਪਵਨ ਹੈ। ਇਸ ਤਰ੍ਹਾਂ ਕਹਿੰਦੇ ਅਗਨੀ ਔਰ ਪਵਨ ਕਾ ਸੰਯੋਗ ਹੋਣੇ ਸੇ ਜੈ ਸਰੀਰ ਇੱਦਾਂ ਦਾ ਇੱਕ ਛੰਦ ਮਾਤਰ ਦੇ ਵਿੱਚ ਜਲ ਸਕਦਾ ਹੈ। ਪ੍ਰੰਤੂ ਜੇ ਨੇਤਰ ਹੈ ਆਪਣੇ ਹਿੱਤ ਕੇ ਲਈ, ਜਿਹੜੀ ਅੱਖਾਂ ਏ, ਅੱਖਾਂ ਦੇ ਵਿੱਚ ਆਂਸੂ ਆ ਜਾਂਦੇ, ਪ੍ਰੇਮ ਦੇ ਆਂਸੂ, ਜਾਂ ਇਹ ਪ੍ਰੇਮ ਦੇ ਆਂਸੂ ਵਰਸਦੇ ਆ, ਤਾਂ ਕਿਆ ਹੁੰਦਾ ਜਿਹੜਾ ਹੈਗਾ ਉਹ ਬਿਰਹਾ ਦੀ ਅਗਨੀ ਹੈ ਉਹਨੂੰ ਬੁਝਾ ਦਿੰਦੇ ਆ, ਜਲੇ ਨਹੀਂ ਪਾਤੀ ਹੈ। ਸੀਤਾ ਕਹਿ ਅਤੀ ਬਿਵਤੀ ਵਿਸਾਲਾ, ਮਿਨਿਆ ਕਹੇ ਬਲ ਦੀਨ ਦਿਆਲਾ ਰਾਮ। ਸੀਤਾ ਜੀ ਕੀ ਬਿਪਤੀ ਜਿਹੜੀ ਹੈਗੀ ਆ, ਦੁੱਖ ਹੈ ਜਿਹੜਾ, ਉਹ ਬਹੁਤ ਬੜਾ ਹੈ, ਬਹੁਤ ਬੜੀ ਬਿਪਤੀ ਹੈ। ਹੇ ਦੀਨ ਦਿਆਲੂ, ਮੈਂ ਬਿਨਾਂ ਕਹੀ ਹੀ ਅੱਛੀ ਆ, ਜੇ ਮੈਂ ਕਹਾਂ ਆਪਣੀ ਬਿਪਤੀ ਤਾਂ ਦੁੱਖ ਬਹੁਤ ਹੋਣਾ, ਤੁਹਾਨੂੰ ਵੀ ਹੁੰਦਾ ਹੀ ਆ ਵੈਸੇ ਜੀ। ਅਸੀਂ ਆਪਣਾ ਦੁੱਖ ਕਿਸੇ ਨੂੰ ਸੁਣਾਈਏ, ਅਗਲਾ ਪਹਿਲੇ ਦੁਖੀ ਹੁੰਦਾ ਹੈ, ਜੇ ਅਸੀਂ ਆਪਣਾ ਸੁਣਾ ਦਈਏ ਹੋਰ ਉਹ ਹੋਰ ਦੁਖੀ ਹੋ ਜਾਂਦਾ। ਹੁੰਦਾ ਹੀ ਆਈ ਜੇ ਮਹਾਰਾਜ ਤੋਂ ਮੈਂ ਆਪਣੀ ਬਿਪਤੀ ਸੁਣਾਉਣ ਲੱਗ ਪਵਾਂ ਤਾਂ ਵੀ ਕੰਮ ਕੰਮ ਠੀਕ ਨਹੀਂ ਹੈ, ਇਹ ਅੱਛਾ ਕੰਮ ਨਹੀਂ ਹੈ। ਕਿਉਂਕਿ ਜੇ ਮੈਂ ਕਹਿ ਦਿੱਤਾ ਤਾਂ ਬਹੁਤ ਬੜਾ ਕਲੇਸ਼ ਹੋਣਾ ਹੈ। ਕਹਿੰਦੇ ਆ ਬਿਨੇ ਕਹੇ ਬਲ ਦੀਨ ਦਿਆਲਾ, ਨਿਮਸ਼ ਨਿਮਸ਼ ਕਰੁਣਾ ਨਿਧੀ ਯਾਹੇ ਕਲਪ ਸਮ ਬੀਤੇ, ਬੇਗ ਚਲੇ ਪ੍ਰਭੂ ਨਹੀਂ ਵਜ ਵਲ ਖਲ ਦਲ ਜੀਤ। ਸਿਆ ਪਤੀ ਰਾਮ ਚੰਦਰ ਕੀ ਜੈ, ਸਿਆ ਪਤੀ ਰਾਮ ਚੰਦਰ ਕੀ ਜੈ। ਹੇ ਕਰੁਣਾ ਨਿਧਾਨ ਮਹਾਰਾਜ, ਉਨਕਾ ਏਕ ਏਕ ਪਲ ਜਾਂ ਇੱਕ ਇੱਕ ਪਲ ਹੈ ਮਹਾਰਾਜ, ਸੀਤਾ ਮਾਂ ਦਾ ਇੱਕ ਇੱਕ ਪਲ ਉਹ ਕਿੱਦਾਂ ਬੀਤ ਰਿਹਾ, ਜਿਹਦਾ ਕਲਪਕ ਦੇ ਸਮਾਨ ਇੰਨੀ ਉਮਰ ਦੇ ਹਿਸਾਬ ਨਾਲ ਬੀਤ ਰਿਹਾ। ਇਸ ਕਰਕੇ ਹੈ ਪ੍ਰਭੂ ਮੇਰੇ ਰਾਮ ਜੀ, ਜਲਦੀ ਚਲੋ ਔਰ ਆਪਣੀ ਬੁਝਾਓ ਕੇ ਬਲ ਸੇ ਉਹ ਜਿਹੜਾ ਦੁਸ਼ਟਾਂ ਦਾ ਦਲ ਹੈ ਉਹਨੂੰ ਜਿੱਤ ਕੇ ਸੀਤਾ ਕੋ ਲੈ ਆਈਏ। ਸੁਨੇ ਸੀਤਾ ਦੁੱਖ ਪ੍ਰਭੂ ਸੁਖ ਆਇਨਾ, ਪਰ ਆਏ ਜਲ ਰਾਜ ਵਿਨੈਨਾ। ਸੀਤਾ ਜੀ ਕਾ ਜਿਹਾ ਦੁੱਖ ਸੁਣਿਆ ਮਹਾਰਾਜ ਨੇ, ਇਹ ਸੁਣ ਕੇ ਸੁਖ ਕੇ ਧਾਮ ਪ੍ਰਭੂ ਕੇ ਜਿਹੜੇ ਕੋਮਲ ਜਿਹੜੇ